ਕਿਸੇ ਵੀ ਆਧਾਰ ਕਾਰਡ ਹੋਲਡਰੋਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਹਾਲ ਹੀ ਦੇ ਵਿੱਚ ਸਰਕਾਰ ਨੇ ਡਿਜੀਟਲ ਧੋਖਾਧੜੀ ਨੂੰ ਲੈ ਕੇ 70 ਲੱਖ ਮੋਬਾਈਲ ਨੰਬਰਾਂ ਨੂੰ ਸਸਪੈਂਡ ਕੀਤਾ ਹੈ। ਆਧਾਰ ਯੋਗ ਭੁਗਤਾਨ ਪ੍ਰਣਾਲੀ ਦੇ ਨਾਲ ਜੁੜੀ ਧੋਖਾਧੜੀ ਨੂੰ ਲੈ ਕੇ ਜਨਵਰੀ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ। ਇਸ ਕੜੀ ਦੇ ਵਿੱਚ ਆਧਾਰ ਕਾਰਡ ਹੋਲਡਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਧਾਰ ਕਾਰਡ ਨਾਲ ਜਿਹੜੀ ਵੀ ਇਨਫੋਰਮੇਸ਼ਨ ਹੈ, ਜਿਹੜੀਆਂ ਵੀ ਇੰਪੋਰਟੈਂਟ ਗੱਲਾਂ ਨੇ, ਉਸ ਨੂੰ ਧਿਆਨ ਵਿੱਚ ਰੱਖਣ ਕਿ ਤੁਹਾਨੂੰ ਕਿਸੇ ਵੀ UITAI ਅਧਿਕਾਰੀ ਵੱਲੋਂ ਆਧਾਰ ਨਾਲ ਲਿੰਕ ਕੀਤੇ OTP ਲਈ ਨਹੀਂ ਕਿਹਾ ਜਾਂਦਾ। ਇਸ ਲਈ ਆਧਾਰ ਕਾਰਡ ਹੋਲਡਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ OTP ਅਤੇ ਆਧਾਰ ਮੋਬਾਈਲ ਐਪ ਪਾਸਵਰਡ ਕਿਸੇ ਨਾਲ ਸਾਂਝਾ ਨਾ ਕਰਨ। ਤੁਹਾਡਾ ਜਿਹੜਾ ਆਧਾਰ ਕਾਰਡ ਨੰਬਰ ਤੁਹਾਡੀ ਪਛਾਣ ਨਾਲ ਜੁੜਿਆ ਹੋਇਆ, ਗਲਤੀ ਨਾਲ ਵੀ ਆਪਣਾ ਆਧਾਰ ਕਾਰਡ ਨੰਬਰ ਕਿਸੇ ਵੀ ਸੋਸ਼ਲ ਪਲੇਟਫਾਰਮ 'ਤੇ ਸ਼ੇਅਰ ਨਾ ਕਰੋ। ਆਧਾਰ ਕਾਰਡ ਪ੍ਰਿੰਟ ਕਰਵਾਉਣ ਦੀ ਬਜਾਏ ਡਿਜੀਟਲ ਕਾਪੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਤੇ ਸਾਈਬਰ ਕੈਫੇ ਤੋਂ ਆਧਾਰ ਕਾਰਡ ਪ੍ਰਿੰਟ ਕਰਵਾ ਰਹੇ ਹੋ, ਯਕੀਨੀ ਤੌਰ 'ਤੇ ਇਸਦੀ ਕਾਪੀ ਨੂੰ ਡਿਲੀਟ ਕਰਵਾਓ। ਜੇਕਰ ਤੁਸੀਂ ਆਧਾਰ ਨੂੰ ਆਨਲਾਈਨ ਅਪਡੇਟ ਕਰਵਾਉਣਾ ਚਾਹੁੰਦੇ ਹੋ ਤਾਂ UITAI ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਆ ਉੱਥੇ ਜਾਓ। ਕਿਸੇ ਹੋਰ ਵੈਬਸਾਈਟ 'ਤੇ ਵੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਿਹੜਾ ਸੇਵਾ ਲੈਣ ਤੋਂ ਬਚੋ। ਆਫੀਸ਼ੀਅਲ ਵੈਬਸਾਈਟ 'ਤੇ ਹੀ ਜਾ ਕੇ ਤੁਹਾਨੂੰ ਇਹ ਡਾਕੂਮੈਂਟ ਸੇਵ ਕਰਨਾ ਚਾਹੀਦਾ, ਆਧਾਰ ਬੇਸ ਟ੍ਰਾਂਜੈਕਸ਼ਨ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਤਾਂ UITAI ਅਤੇ ਜਿਹੜੇ ਆਪਣੇ ਬਾਇਓਮੈਟ੍ਰਿਕਸ ਨੂੰ ਲੌਕ ਕਰਨ ਦੀ ਸਲਾਹ ਵੀ ਹੈ ਜਿਹੜੀ ਦਿੱਤੀ ਜਾਂਦੀ ਹੈ। ਸੋ ਆਧਾਰ ਕਾਰਡ ਨਾਲ ਜੁੜ ਕੇ ਬਹੁਤ ਸਾਰੇ ਫਰੋਡਸ ਆਏ ਦਿਨ ਹੀ ਹੋ ਰਹੇ ਨੇ। ਸੋ ਇਹ ਇਨਫੋਰਮੇਸ਼ਨ ਕਿਸੇ ਨਾਲ ਵੀ ਕੋਈ ਵੀ OTP ਆਉਂਦਾ ਤਾਂ ਉਸਨੂੰ ਕਿਸੇ ਦੇ ਨਾਲ ਵੀ ਸ਼ੇਅਰ ਨਾ ਕਰੋ, ਕਿਉਂਕਿ ਇੱਕ ਵੱਡੀ ਧੋਖਾਧੜੀ ਦੇ ਤੁਸੀਂ ਸ਼ਿਕਾਰ ਹੋ ਸਕਦੇ ਹੋ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਵੇਖਦੇ ਰਹੋ।